ਲੈਣ ਆਇਆ ਨੌਜਵਾਨ ਚੜਿਆ ਸੀਆਈ ਸਟਾਫ 1 ਬਠਿੰਡਾ ਦੇ ਅੜਿੱਕੇ। 225 ਗ੍ਰਾਮ ਹੀਰੋਇਨ ਅਤੇ 50 ਲਿਫਾਫੀਆਂ ਤੇ ਕੰਪਿਊਟਰ ਕੰਡੇ ਸਮੇਤ ਕੀਤਾ ਕਾਬੂ। ਅਸਦੀ ਕਿ ਜਾਣਕਾਰੀ ਦਿੰਦੇ ਹੋਏ ਸੀਆਈ ਸਟਾਫ 1 ਬਠਿੰਡਾ ਦੇ ਐਸਆਈ ਹਰਜੀਵਨ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨਰਸਿੰਗ ਕਲੋਨੀ ਡੂਮ ਵਾਲੀ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਖਾਲੀ ਕਮਰੇ ਵਿੱਚ ਨੌਜਵਾਨ ਇੱਕ ਬੈਠਾ ਦਿਖਾਈ ਦਿੱਤਾ ਜਿਸ ਕੋਲ ਕਿ ਇੱਕ ਕੰਪਿਊਟਰ ਕੰਡਾ ਅਤੇ 50 ਲਿਫਾਫੀਆਂ ਸੀ। ਜਦ ਪੁਲਿਸ ਪਾਰਟੀ ਨੇ ਸ਼ੱਕ ਦੇ ਸੰਬੰਧ ਵਿੱਚ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਨੌਜਵਾਨ ਕੋਲੋਂ 225 ਗ੍ਰਾਮ ਹੀਰੋਇਨ ਅਤੇ 50 ਲਿਫਾਫੀਆਂ ਅਤੇ ਕੰਪਿਊਟਰ ਕੰਡਾ ਇੱਕ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਅਵਤਾਰ ਸਿੰਘ ਵਾਸੀ ਮੰਡੀ ਡੱਬ ਵਾਲੀ ਦੇ ਤੌਰ 'ਤੇ ਹੋਈ ਹੈ, ਜਿਸ ਦੇ ਖਿਲਾਫ ਥਾਣਾ ਸੰਗਤ ਵਿਖੇ NDPC ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।